बीते दिन शहर के नौजवानों की किडनैपिंग वाली घटना के सहम के शहर वासी हाले निकले नहीं सन कि एक बार फिर शहर के बुलंद हौसलों के नाल लैस चोरों ने इस्लामाबाद विच एक घर के चोरी की घटना को अंजाम दिता है। जानकारी के अनुसार हल्का हुशियारपुर के मोहल्ला इस्लामाबाद की रहन वाली रुचि जो कि बीती रात अपनी माँ के कोल कृष्णा नगर गई हुई सी। लड़की की माँ ने दसिया कि जब उसकी लड़की घर आई तो उसने देखा कि घर के पिछले कमरे का दरवाजा खुलिया होया सी, जिसके कारण वह एकदम डर के गुआंढ़ियों को बुला गई। जब लड़की और गुआंढ़ियों ने घर का आला दुआला देखा तो समझ पई कि चोर घर के पे गहने नकदी तो इलावा होर बहुत कुछ समान साफ कर गए ने। हाँ जी, की नाम है जी ਤੁਹਾਡਾ? ਰੀਮਾ। ਤੁਸੀਂ ਕਿੱਥੇ ਰਹਿਣ ਵਾਲੇ ਆ ਜੀ? ਅਸੀਂ ਕ੍ਰਿਸ਼ਨਾ ਨਗਰ ਦੇ। ਇਹ ਕਿਹੜਾ ਮਹੱਲਾ ਹੈ ਜੀ? ਇਹ ਇਸਲਾਮਾਬਾਦ। ਠੀਕ ਹੈ ਜੀ, ਕੀ ਗੱਲ ਹੋਈ ਹੈ ਜੀ? ਗੱਲ ਇਹ ਹੋਈ ਹੈ ਕਿ ਚੋਰੀ ਹੋਈ ਹੈ ਰਾਤ ਦੀ। ਅੱਛਾ ਜੀ। ਹਾਂ ਜੀ। ਇੱਥੇ ਕੌਣ ਰਹਿੰਦਾ ਜੀ? ਇੱਥੇ ਮੇਰੀ ਕੁੜੀ ਰਹਿੰਦੀ ਆ। ਠੀਕ ਹੈ ਜੀ। ਇਹਨੂੰ ਰਹਿੰਦੀ ਨੂੰ 2 ਸਾਲ ਹੋ ਗਏ ਇੱਥੇ। ਅੱਛਾ ਜੀ। ਤੇ ਕੱਲ ਮੇਰੇ ਕੋਲ ਸੀਗੀ ਇਹ ਕ੍ਰਿਸ਼ਨਾ ਨਗਰ ਗਏ ਸੀ। ਕ੍ਰਿਸ਼ਨਾ ਨਗਰ। ਅੱਛਾ ਜੀ। ਤੇ ਰਾਤ ਦਾ ਬੁਹਾ ਦਰਵਾਜ਼ਾ ਭੰਨਿਆ ਇਸ ਜੀ। ਦਰਵਾਜ਼ਾ ਭੰਨ ਕੇ ਉਹਨਾਂ ਨੇ ਸਾਰਾ ਕੁਛ ਬਖੇਰ ਦਿੱਤਾ ਅਤੇ 2 ਮੁੰਡੀਆਂ ਹੈਗੀਆਂ, ਇੱਕ ਟੋਪਸਾਂ ਦਾ ਜੋੜਾ, ਇੱਕ ਚੈਨੀ ਆ, 15,000 ਰੁਪਇਆ ਕੈਸ਼ ਸੀਗਾ, ਤਨਖਾਹ ਆਈ ਸੀ ਪਰਾਹੁਣੇ ਦੀ। ਠੀਕ ਹੈ ਜੀ। ਚੋਰੀ ਬੋਲੋ। ਜਦੋ ਅੰਦਰ ਦੇਖਿਆ ਤਾਂ ਸਟੋਰ ਦਾ ਸਾਰਾ ਸਮਾਨ ਪੇਟੀ ਦਾ ਖਿਲਰਿਆ ਪਿਆ ਸੀਗਾ, ਨਵਾਰੀ ਦੇ ਤਾਲੇ ਤੋੜੇ ਪਏ, ਬੈਡ ਸਾਰੇ ਖਿਲਰੇ ਪਏ, ਸਾਰਾ ਸਮਾਨ ਖਿਲਰਿਆ ਪਿਆ। ਇੱਕ ਕੰਪਿਊਟਰ ਲੈ ਗਏ, 2 ਮੁੰਡੀਆਂ, ਚੈਨੀ ਤੇ ਟੋਪਸ ਤੇ 15,000 ਰੁਪਇਆ। ਠੀਕ ਹੈ। ਤੇ ਪੁਲਿਸ ਨੂੰ ਇਤਲਾਹ ਕੀਤੀ ਜੀ? ਹਾਂਜੀ, ਆ ਗਈ ਪੁਲਿਸ ਮੌਕੇ ਦੇ ਉੱਤੇ। ਪੁਲਿਸ ਹੁਣੇ ਆਈ। ਇਤਲਾਹ ਕਰਨ ਤੋਂ ਕਿੰਨੀ ਦੇਰ ਬਾਅਦ ਆਈ ਪੁਲਿਸ ਜੀ? ਪੁਲਿਸ ਆਈ ਅੱਧੇ ਘੰਟੇ ਬਾਅਦ ਆਈ। ਠੀਕ ਹੈ। ਹਾਂਜੀ ਹਾਂਜੀ ਸਰ। ਹਾਂਜੀ, ਕੀ ਜੀ ਅੱਜ ਘਟਨਾ ਹੋਈ ਹੈ ਜੀ? ਇਹ ਜਿਹੜੀ ਹੈ ਜੀ, ਰੁਚੀ ਸੈਣੀ, ਵਾਈਫ ਆਫ ਸੂਰਜ ਕੁਮਾਰ ਸੈਣੀ ਜੀ, ਇਸਲਾਮਾਬਾਦ ਤੋਂ ਜੀ। ਇਹਨਾਂ ਦੇ ਅੱਜ 12 ਵਜੇ ਸਾਨੂੰ ਫੋਨ ਆਇਆ ਥਾਣੇ ਮੁਨਸ਼ੀ ਨੂੰ ਜੀ। ਮੁਨਸ਼ੀ ਨੇ ਤੁਰੰਤ ਮੈਨੂੰ ਭੇਜਿਆ ਇੱਥੇ ਜੀ। ਆ ਕੇ ਮੈਂ ਮੌਕਾ ਬਾਰ ਸਾਹਿਬ ਦੇਖੀ ਹੈ, ਇਹਦੇ ਵਿੱਚ ਚੋਰੀ ਹੋਣਾ ਪਾਇਆ ਗਿਆ ਹੈ ਅਤੇ ਅੱਗੇ ਪੁਲਿਸ ਜੋ ਵੀ ਹੈ ਕਾਰਵਾਈ ਕਰਨੀ। ਨੁਕਸਾਨ ਬਾਰੇ ਸਰ ਪਤਾ ਲੱਗਿਆ? ਅੰਦਾਜ਼ਾ ਅਜੇ ਤੱਕ ਨੁਕਸਾਨ ਦਾ ਕੋਈ ਪਤਾ ਨਹੀਂ, ਅੰਦਾਜ਼ਾ ਦੱਸਣਗੇ ਆਪਣਾ ਲਿਖ ਕੇ ਦੇਣਗੇ ਸਾਨੂੰ। ਠੀਕ ਹੈ। ਇਹਦੇ ਬਾਰੇ ਕਿੰਨਾ ਕੁ ਨੁਕਸਾਨ ਹੋਇਆ? ਸਤਿ ਸ਼੍ਰੀ ਅਕਾਲ। ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਯੂਟਿਊਬ 'ਤੇ।